औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम दोस्तों, आप देख रहे हैं अतमाद टीवी और मैं हूं आपका दोस्त मंजूर अहमद। दोस्तों की खिदमत में हाजिर हुए हैं भाई जफर अली। भाई का नाम है, लोकेशन है इन्हों की चक नंबर 404 गफ बे चिनार शुगर मिल तांदलियां वाला, तहसील है ज़िला फैसलाबाद, तहसील तांदलियां वाला तो तकरीबन 7 से 8 किलोमीटर चिनार शुगर मिल है। चिनार शुगर मिल चौक लक्कड़ चौक तो नाल ही 2-3 मुरबे इन्हों के भाई दे अपना जगह जिथे पहले भी माल की वीडियो बनाई थी। अज जुमेरात का दिन है, तारीख 26 मई पंजवा महीना 2022। भाई जफर दी माशाल्लाह हर जुमेरात की जुमेरात वीडियो लगती है, जानवर एक दूसरे तो खूबसूरत होंगे, अच्छे होंगे, तो उम्मीद करने हूँ भी इंशाल्लाह जानवर अच्छे हो सकेंगे। 3 मझा जी, तिना मझा की वीडियो लैके इंशाल्लाह हाजिर हुए हैं, जानवर भी दिखाने हैं, डिटेल भी दसने हैं। दोस्तों उससे पहले अपने इस चैनल को करना सबसक्राइब, तो दोस्तों के नाल वीडियो को शेयर करना, लाइक करना और माशाल्लाह दा कमेंट भी जरूर करना है। उस तो बाद आइए जी साढ़े भाई हैं मुहम्मद जवेद साहब। अस्सलाम वालेकुम जी। जवेद साहब पहले भी माशाल्लाह एक वीडियो बनी है, कोई तकरीबन 1 साल हो गया, एक साल दे राउंड अबाउट गुजर खान तो वीडियो लगाई सी जवेद साहब दी, उत्थे असीं खुद गया सन, इन्हां दे भतीजे दी शादी सी, इन्हां ने दावा दित्ती है, वो भी इन्हां दा शुक्रिया जी। ते अज ये साढ़े कोल इत्थे आए, एक ते जानवर भी खरीदे हन ते एक वैसे मिलन आए न, ਇਹਨਾਂ ਦੀ ਮਿਹਰਬਾਨੀ ਹੈ ਜੀ। ਸਫ਼ਰ ਕਰਕੇ ਆਣ ਜਵੇਦ ਸਾਹਿਬ, ਕਿਸ ਤਰ੍ਹਾਂ ਬਾਈ ਜ਼ਫਰ ਜਾਂ ਅਸੀਂ ਜਾਂ ਕਿ ਵੈਸੇ ਸਾਡਾ ਇਲਾਕਾ? ਮਾਸ਼ਾਅੱਲਾ ਜੀ, ਬਹੁਤ ਅੱਛਾ ਲੱਗਾ, ਤੁਹਾਡਾ ਇਲਾਕਾ ਵੀ ਬਹੁਤ ਅੱਛਾ ਲੱਗਾ, ਸਾਰੇ ਭਰਾ ਨੇ ਤਾਵਨ ਵੀ ਆਪਾਂ ਨੇ ਬਹੁਤ ਅੱਛਾ ਕੀਤਾ। ਇਹ ਗੁੱਜਰ ਖਾਨ ਤੁਹਾਡਾ ਤਹਿਸੀਲ ਹੈ ਜੀ? ਤਹਿਸੀਲ ਕਿ ਜ਼ਿਲ੍ਹਾ ਰਾਵਲਪਿੰਡੀ, ਜ਼ਿਲ੍ਹਾ ਰਾਵਲਪਿੰਡੀ, ਤਹਿਸੀਲ ਗੁੱਜਰ ਖਾਨ। ਅੱਗੇ ਗ੍ਰਾਂ ਕਿਹੜਾ ਜੀ? ਚੱਕ ਬਗਵਾਲ ਹੈ ਸਾਡਾ, ਬਗਵਾਲ ਚੱਕ ਹੈ ਜੀ। ਉੱਥੋਂ ਆਏ ਨੇ ਸਾਡੇ, ਅਲਹਮਦੁਲਿਲਾ ਵੱਡੇ ਬਾਈ ਹਨ, ਕਾਫੀ ਅਜਾ ਕਰਦੇ ਹਨ, ਸਾਡੇ ਵਾਸਤੇ ਕਾਬਿਲ ਇੱਜ਼ਤ ਹਨ। ਇਹ ਵਪਾਰ ਤੋਂ ਜਾਨਵਰਾਂ ਤੋਂ ਲੈਣ ਦੇਣ ਤੋਂ ਹਟ ਕੇ ਵੈਸੇ ਵੀ ਅਲਹਮਦੁਲਿਲਾ ਇੱਕ ਅੱਛਾ ਤਾਲਕ ਹੈ, ਔਰ ਅੱਲਾਹ ਪਾਕ ਇਸੇ ਤਰ੍ਹਾਂ ਹੀ ਤਾਲਕ ਬਹਾਲ ਰੱਖੇ ਅਤੇ ਇਹਨਾਂ ਨੂੰ ਖੁਸ਼ ਆਬਾਦ ਰੱਖੇ। ਬਾਹਰ ਆਪਣਾ ਸਾਊਦੀ ਅਰਬ ਦੁਬਈ ਹੁੰਦੇ ਜੀ? ਦੁਬਈ ਹੈ, ਦੁਬਈ ਹੈ ਚ ਇਹਨਾਂ ਦਾ ਕਾਰੋਬਾਰ, ਅੱਲਾਹ ਪਾਕ ਕਾਰੋਬਾਰ ਵਿੱਚ ਇੱਜ਼ਤ ਔਰ ਬਰਕਤ ਦੇ ਅਤੇ ਬਾਕੀ ਹਮੇਸ਼ਾ ਇਸੇ ਤਰ੍ਹਾਂ ਸਲੂਕ ਨਾਲ ਰਹਿਣ ਦੀ ਤੋਫੀਕ ਦੇਵੇ। ਨੰਬਰ ਦੱਸਣਾ ਜੀ 0341 ਹੈ ਮੇਰਾ ਨੰਬਰ, ਹੈ 84 54 696, ਵਟਸਐਪ ਤੇ ਲੋਕਲ ਨੰਬਰ ਹੈ। ਜ਼ਫਰ ਭਾਈ ਆਪਣਾ ਦੱਸ ਦੇਣ, ਜਾਨਵਰ ਇਨਸ਼ਾਅੱਲਾ ਨਾਲ ਨਾਲ ਦਿਖਾਉਂਦੇ ਹਾਂ ਤੇ ਡਿਟੇਲ ਵੀ ਦੱਸਦੇ। 0345-72-77-4 ਹੈ ਵਟਸਐਪ ਦਾ ਨੰਬਰ ਵੀ ਹੈ ਤੇ ਲੋਕਲ ਨੰਬਰ ਹੈ। ਤੇ ਭਾਈ ਮਨਜ਼ੂਰ ਲੈਣ ਦੇਣ, ਕਿਸਮਤ ਬਰਾਤ ਦੀਆਂ ਗੱਲਾਂ ਹਨ ਜੀ। ਇਹ ਭਾਈ ਹਨ ਮੇਰੇ, ਵੱਡੇ ਭਾਈ ਹਨ ਜੀ, ਤੇ ਅਲਹਮਦੁਲਿਲਾ ਅਲਹਮਦੁਲਿਲਾ ਇਹਨਾਂ ਦੇ ਨਾਲ ਤਲਕ ਵੀ ਬੜਾ ਬਣਿਆ ਜੀ, ਤੇ ਔਰ ਜਾਨਵਰ ਲੈ ਕੇ ਵੀ ਜਿੱਤੇ ਹਨ ਜੀ। ਮੇਰੇ ਕੋਲ ਜਾਨਵਰ ਹਨ, ਉਹ ਕੁਝ ਹਨ ਲੈ ਲੈਣ, ਇੱਕ ਜੋਟਾ ਲਿਆ ਨੇ ਮਾਲੀ ਜੀ, ਤੇ ਇੱਕ ਜੋਟਾ ਛੋਟਾ ਲਿਆ ਨੇ ਅਗਲੀ ਕੱਟਾ ਖੀਰਾ ਕੱਟਾ, ਦੋ ਜੋਟੀਆਂ ਲੈ ਕੇ ਦਿੱਤੀਆਂ ਅਲਹਮਦੁਲਿਲਾ। ਉਹ ਭਾਈ ਚਾਰ ਜਾਨਵਰ ਲੈਣੇ, ਦੋ ਤਾਜ਼ੀਆਂ ਸੂਈਆਂ ਜੋਟੀਆਂ ਤੇ ਇੱਕ ਕੱਟਾ ਜੋਟਾ ਪੂਰਾ ਮਾਲੀ ਮਾਲ ਵਾਸਤੇ ਤੇ ਇੱਕ ਕੱਟਾ ਛੋਟਾ ਹੈ ਜੀ। ਬਹਰਹਾਲ ਅੱਲਾਹ ਪਾਕ ਨਸੀਬ ਵਿੱਚ ਕਰੇ ਜੀ, ਲਿਆਓ ਜਾਨਵਰ ਜੀ। ਪਹਿਲੇ ਨੰਬਰ ਤੇ 200 ਜਾਨਵਰ ਦਿਖਾ ਰਹੇ ਜੀ ਬਾਈ ਜ਼ਫਰ। ਇਹ ਭਾਈ ਮਨਜ਼ੂਰ ਦੂਆ ਵਾਰਾ ਸੂਈ ਹੋਈ ਜੋਟੀ, ਅੱਛਾ ਲੈਣ ਦੇਣ ਕਿਸਮਤ ਬਰਾਤ ਦੀਆਂ ਗੱਲਾਂ ਹਨ ਜੀ, ਤੇ ਪਰ ਜੋਟੀ ਵਾਲੇ ਇਕਰੀ ਜਿਹੜੇ ਮੁੱਕੇ ਹੋਣ, ਅੱਛਾ ਕਿਸੇ ਪਾਸ ਬੰਦਾ ਨੇਂਦ ਨਹੀਂ ਸਕਦਾ ਜੀ, ਔਰ ਆਪਾਂ ਜਾਨਵਰ ਦੇਣੇ ਹੁਣ 3 ਮੈਂ ਜੋਟੀਆਂ ਦੇਣੀਆਂ ਨੇ ਅਲਹਮਦੁਲਿਲਾ, ਠੀਕ ਇੱਕ ਮੱਝ ਤੀਜਾ ਵਾਰਾ ਹੁਣ ਸੂਈ ਤੇ 2 ਜੋਟੀਆਂ ਦੂਆ ਵਾਰਾ, ਠੀਕ ਹੈ, ਲੇਕਿਨ ਕੋਈ ਬੰਦਾ ਅਲਹਮਦੁਲਿਲਾ ਅਲਹਮਦੁਲਿਲਾ ਛੱਡ ਕੇ ਟੋਰ ਬੰਦਾ ਨੇਂਦ ਨਹੀਂ ਦੇ। ਇਹ ਆਪਣਾ ਸੂਣ ਵਾਲੀ ਹੈ? ਇਹ ਸੂਈ ਹੋਈ ਭਾਈ, ਅੱਛਾ ਸੂਈ ਹੋਈ ਹੈ, ਕਿੰਨਾ ਇੱਕ ਸੂਈ ਹੋਈ ਹੈ ਜੀ, ਥੱਲੇ ਜੋਟੀਆਂ ਦਾ ਇਹਦੇ ਕੱਟੇ ਬਹੁ ਛੱਡ ਕੇ ਟੋਰ ਮਗਰ ਕੱਟੀ ਹੈ, ਇਹ ਕੱਢੀ ਦੀ ਤੇ ਲੈਣ ਦੇਣ ਕਿਸਮਤ ਬਰਾਤ ਦੀ ਗੱਲਾਂ ਜੀ, ਬੰਦੇ ਅੰਦਰ ਤਾਂ ਫੁੱਟ ਫੁੱਟ ਇਹ ਮਾਸ਼ਾਅੱਲਾ ਨਜ਼ਰ ਆ ਰਿਹਾ, ਆ ਚੋਟੀ ਨੂੰ ਥਾਰ ਵੇਖ ਲੈ ਕਿਹੜਾ ਬੇਕੀਮਤਾ ਲੱਗਾ ਹੋਇਆ, ਸਹੀ ਹੋ ਗਿਆ, ਚੋਟੀ ਨੂੰ ਚੁਆਈ ਡੁੱਕੇ ਡੁੱਕੇ ਜੱਡੀ ਹੈ, ਛੱਡ ਕੇ ਬੈਠੋ ਰੋ ਇਹਨਾਂ ਪਰ। ਇਹ ਦੂਸਰਾ ਵਾਰਾ ਸੂਈ ਹੈ ਮਗਰ ਕੱਟੀ ਕੱਟਾ, ਇਹਦੇ ਭਾਈ ਮਨਜ਼ੂਰ ਕੱਟੀ ਕੱਟੀ ਮਗਰ ਹੈ ਤੇ ਦੂਸਰਾ ਦਿਨ ਨਹੀਂ ਸੂਈ ਨੂੰ ਵੇ, ਕਿੰਨਾ ਦੁੱਧ ਦੇ ਦੋਵਾਂ ਟਾਈਮਾਂ ਦਾ ਚੁਆਈ ਕਰਵਾ ਕੇ, ਜਿਹੜਾ
ਸਾਫੀ ਚਵਾਈ ਕਰਵਾ ਕੇ ਬੱਚੇ ਨੂੰ ਠੰਡ ਛੱਡ ਕੇ ਜਾਂ ਸਾਰੀ ਬੱਚੇ ਨੂੰ ਇੱਕ ਥਣ ਪਿਲਾ ਕੇ ਮੂੰਹ ਦੀ ਕਿਸ ਤਰ੍ਹਾਂ ਮੂੰਹ ਦੀ ਵਿਖਾਓ ਤੇ ਇੱਕ ਥਣ ਬੱਚੇ ਨੂੰ ਛੱਡ ਕੇ ਤਿੰਨਾਂ ਥਣਾਂ ਦਾ ਦੋਨਾਂ ਟਾਈਮਾਂ ਦਾ 11 ਕਿਲੋ ਥਣਾਂ ਦੀ ਕਿਸ ਤਰ੍ਹਾਂ ਚੁਆ ਪਸਮਾ ਚੱਟਾ ਫੁਆਰ ਗਿਲਟੀ ਮਰੋੜੀ 80 ਦੀ ਗਰੰਟੀ ਹੈ ਤੁਹਾਡੇ ਸਹੀ ਹੋ ਗਿਆ ਤੇ ਦੁੱਧ ਦੀ ਕੀ ਉਮੀਦ ਹੈ ਜੋਟੀ ਤੇ ਅੱਲਾ ਪਾ ਖੈਰ ਕਰ ਬਿਲਕੁਲ ਉਹ ਤੇ ਆਪਣੇ ਡੰਗਰ ਦੇ ਹਾਰ ਵੇਖਣੇ ਚਾਹੀਦੇ ਨੇ ਬੂਥੀ ਤੇ ਰੱਖ ਕੇ ਪੂਛ ਹਲਤਾ ਜੀ ਬੰਦਾ ਉਂਗਰ ਨਹੀਂ ਰੱਖ ਸਕਦਾ ਚਲੋ ਅੱਲਾ ਪਾ ਖੈਰ ਕਰੇ ਬੋਲੋ ਬਾਈ ਇਹਦੀ ਕੀਮਤ ਕੀਮਤ ਜੋੜੇ ਦੀ ਬਾਈ ਮਨਜ਼ੂਰ ਜੋੜੇ ਦੀ ਕਰਨੀ ਲਾਇਆ ਹੋਆ ਜੀ ਅੱਗੇ ਦੂਜੇ ਨੰਬਰ ਇਹ ਜੀ ਕੱਟੀ ਮਗਰ ਹੈ ਇਹ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਉਹਦੇ ਮਗਰ ਹੈ ਜੀ ਕੱਟੀ ਹੈ ਮਾਸ਼ਾਅੱਲਾ ਬਿਲਕੁਲ ਇਹ ਨਾੜੂਆ ਥੱਲੇ ਇਹ ਦੂਸਰਾ ਦਿਨ ਹੈ ਸੂਈ ਨੂੰ ਇਹ ਦੇਖ ਲੈਣ ਕੱਟੀ ਮਾਸ਼ਾਅੱਲਾ ਸੋਹਣੀ ਮਾਤਰਾ ਅੱਲਾ ਪਾਕ ਨਸੀਬ ਵਿੱਚ ਕਰੇ ਜੀ ਜੀ ਅੱਗੇ ਦੂਸਰੇ ਨੰਬਰ ਤੇ 200 ਜਾਨਵਰ ਦਿਖਾ ਰਹੇ ਜੀ ਜ਼ਫਰ ਭਾਈ ਭਾਈ ਮਨਜ਼ੂਰ ਆ ਤੀਸਰਾ ਵਾਰਾ ਹੁਣ ਮਾ ਸੋਣਾ ਅੱਛਾ ਸੋਣ ਵਾਲੀ ਹੈ ਦੂਜੇ ਮਨੂੰ ਤੇ ਆਪਾਂ ਝੂਠ ਨਹੀਂ ਮਾਰਨਾ ਲੈਂਦੇ ਨੇ ਕਿਸਮਤ ਬਰਾਦ ਗਾ ਬਾਕੀ ਮੈਂ ਇਹਨੂੰ ਦੁੱਨੀ ਤੁਰਾ ਕੇ ਸੂ ਤੇ ਦੂਸਰੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਬਹੁਤ ਦੂਸਰੇ ਸੂਏ ਦਾ 17-18 ਕਿਲੋ ਮਾਜ ਦੱਸੋ ਹੁਣ ਅੱਲਾ ਪਾਕ ਖੈਰ ਕਰੇ ਕੀ ਉਮੀਦ ਹੈ ਗਰੰਟੀ ਕਾਇ ਨਹੀਂ ਤੇ ਜੇ ਕਿਸੇ ਖੁਰਾਕ ਦਿੱਤੀ ਮੈਂ ਦਵੀ ਸਰ ਦੁੱਧ ਚੋਵੇਂ ਸਹੀ ਹੋ ਗਿਆ ਜੀ ਬਾਕੀ ਥਣਾ ਛਣਾ ਦੀ ਸਾਫ ਹੈ ਗਰੰਟੀ ਆਲਾ ਚਾਪ ਅਸਮਾ ਛੱਟਾ ਫਵਾਰਾ ਸੀ ਕੋਲ ਬਾਈ ਕੀਮਤ ਜੋੜੇ ਦੀ ਕੀਮਤ ਹਾਂਜੀ ਗੱਲਾਂ ਕਰਨੀਆਂ ਨੇ ਪੱਕੀਆਂ ਤੇ ਸੱਚੀਆਂ ਇੱਕੋ ਜਿਹੜੇ ਲੈਣ ਦੇਣ ਵਾਲੀਆਂ ਸਾਡੇ 6 ਲੱਖ ਰੁਪਈਆ 6 ਲੱਖ ਤੇ 50,000 ਰੁਪਈਆ ਤੇ ਜੇ ਕੋਈ ਕੱਲੀ ਕੱਲੀ ਲੈਣਾ ਚਾਹਵੇ ਤਾਂ ਉਹ ਕੱਲੀ ਕੱਲੀ ਮੋ ਲੋਕਾਂ ਨਾਲ ਕਰ ਲੈ ਤੁਹਾਡੇ ਨਾਲ ਫੋਨ ਤੇ ਕਰ ਲਵਾਂ 6,50,000 ਉਹਦੇ ਕਿਸ ਤਰ੍ਹਾਂ ਬਣਦਾ 3,25,000 ਬਣਦਾ ਵੈਸੇ ਅਗਰ ਉਹ ਆਪਾਂ ਇਕੱਠਾ ਬਾਈ ਮਨਜ਼ੂਰ ਕਰ ਸਕਿਓ ਅੱਛਾ ਉਹ ਤੁਹਾਡੇ ਮਤਲਬ ਰਾਤਾ ਕਰਦੇ ਹਾਂ ਤੇ ਉਹ ਥੱਲੇ ਮਨਜ਼ੂਰ ਦੇ ਕੇ ਲੈਂਦੇ ਨੇ ਕਿਸਮਤ ਦੀ ਗੱਲ ਮੈਂ ਠੱਡੇ ਲਾਈ ਵਦੀ ਉਹ ਥੱਲੇ ਉੱਪਰ ਰੇਟ ਹੋ ਜਾਸੀ ਗਿਆ ਹਾਂ ਹੋ ਜਾਸੀ ਉਹ ਪਿਆਰ ਮੁਹੱਬਤ ਪਿਆਰ ਮੁਹੱਬਤ ਬਾਈ ਮਨਜ਼ੂਰ ਆਕੋ ਸਫਰ ਕਰਕੇ ਦੋਸਤ ਹੁੰਦੇ ਨੇ ਕਿਰਾਏ ਖਰਚਾ 6,40,000 ਦੀ ਫਾਈਨਲ ਦੇ ਚੁੱਕਾ 6,40,000 ਮਜ਼ੀਦ ਕੋ ਦੇ ਦਿਆ ਲਿਬਾਸ ਮਾਸ਼ਾਅੱਲਾ ਦੋਸਤ ਖੁਦ ਵੇਖ ਰਹੇ ਠੀਕ ਹੈ ਲੈ ਆਓ ਅੱਗੇ ਤੀਸਰੇ ਨੰਬਰ ਤੇ ਜੀ ਅੱਗੇ ਤੀਸਰੇ ਨੰਬਰ ਤੇ 200 ਜਾਨਵਰ ਦਿਖਾ ਰਹੇ ਜੀ ਜੀ ਭਾਈ ਜ਼ਫਰ ਭਾਈ ਮਨਜ਼ੂਰ ਲੈਣ ਦੇਣ ਕਿਸਮਤ ਬਰਾਦ ਕਰੇ ਮੇਰੀ ਮੱਝੀ ਸ਼ੌਂਕ ਨੇ ਵਿਖਾ ਮੁਲਾਕਾ ਇਹ ਦੋਸਤ ਵੇਖ ਰਹੇ ਨਜ਼ਰ ਆ ਰਹੀ ਨਾ ਉਹਨੇ ਉਹ ਨਸੀਬ ਦੀ ਗੱਲ ਹੈ ਜੀ ਹਾਂ ਤੇ ਮੈਂ ਜਦੋਂ ਤਿਆਰ ਹੋਈ ਅੱਲਾ ਦੇ ਹੁਕਮ ਮੈਂ ਇਹਨੂੰ ਇੱਟ ਰੇਤ ਸੱਟਨੀ ਪਉਸੀ ਮੈਂ ਬਾਹਾਂ ਤੋਂ ਉੱਠੀ ਮੈਂ ਧੋਖੀ ਹੋ ਜਾਂਦਾ ਮਾਸ਼ਾਅੱਲਾ ਜੀ ਆ ਦੋਸਤ ਵੇਖਣ ਖੁਦ ਹੀ ਆਲੀ ਮੱਝ ਦੇ 10 ਦੇ ਪਾਣ ਸੂ ਪੂਰੀ ਹੋਵਨ ਚੂ ਅੱਛਾ 10 ਦਿਨ ਨਜੇ ਆਪਣਾ ਪੈਣ ਤੇ ਉੱਤੇ ਵੀ ਦਿਨ ਲੈ ਜਾਣਾ ਦਿਨ ਲੈ ਜਾਸੀ ਛੱਡ ਕੇ ਟੋਰੋ ਹੋਇਆ ਨੋ ਜੀ ਦੂਜਾ ਵਾਰਾ ਸੋਣਾ ਦੂਜਾ ਗਰੰਟੀ ਨਾਲ ਅੱਛਾ ਤੇ 10 ਤੋਂ 12 ਦਿਨ ਕਰ ਲੋ 14 ਗਰਮੀ ਦਾ ਮੌਸਮ ਹੈ ਕੋ 2-4 ਦਿਨ ਦਾ ਫਰਕ ਪੈ ਸਕਦਾ ਹੈ ਪੈ ਸਕਦਾ ਭਾਈ ਮਨਜ਼ੂਰ ਸੋਣ ਨੂੰ 10 ਤੋਂ 12 ਦਿਨ ਲੈਂਦੇ ਹੀ ਹੈ ਦੂਜਾ ਵਾਰਾ ਸੋਣਾ ਹੈ ਤੇ ਥਣਾ ਦੀ ਕਿਸ ਤਰ੍ਹਾਂ ਹੈ ਜੀ ਗਰੰਟੀ ਆਪਣੀ ਠੀਕ ਹੋ ਗਿਆ ਤੇ ਦੁੱਧ ਸ਼ੁੱਧ ਦੀ ਕੀ ਉਮੀਦ ਹੈ ਅੱਲਾ ਪਾਕ ਖੈਰ ਕਰੇ ਦੁੱਧ ਦੀ ਮਾਜ ਦੀ ਗਰੰਟੀ ਹੈ ਅੱਲਾ ਦੇ ਹੁਕਮ ਨਾਲ ਨਸਲ ਜ਼ਾਤ ਵਾਲੀ ਹੈ ਨਾ ਨਸਲ ਜ਼ਾਤ ਨਾ ਦੁਨੀਆ ਨਾ ਕੋੜੀ ਕਿਸੇ ਮਾਂ ਨੂੰ ਵਿਖਾਸ ਐਨਾ ਮੱਝੀ ਨੇ ਦੁੱਧ ਦੇਣਾ ਤੇ ਦੇਣਾ ਕਾ ਹੈ ਸਹੀ ਹੋ ਗਿਆ ਜੀ ਬੋਲੋ ਕੀਮਤ ਬਾਈ ਜ਼ਫਰ ਕੀਮਤ ਤਾਂ 3,60,000 ਰੁਪਏ ਦਾ
360,000 ਰੁਪਇਆ ਪਿਆਰ ਮੁਹੱਬਤ ਕਰਕੇ ਇੱਕ ਗੱਲ ਦੱਸੋ ਬੇਨਾ ਦੇ ਦੋਸਤਾਂ ਨੂੰ 350,000 ਰੁਪਇਆ ਮਜ਼ੀਦ ਕੋਈ ਆਇਆ ਦੋਸਤਾਂ ਦੇ ਨਾਲ ਦੀਦ ਯਾਦ ਕਦਰ ਹੋ ਜਾ ਸੀ ਜਾਨਵਰ ਮਾਸ਼ਾਅੱਲਾ ਤਿੰਨੇ ਇੱਕ ਦੂਸਰੇ ਤੋਂ ਚੰਗੇ ਨੇ ਨਹੀਂ ਮਾਸ਼ਾਅੱਲਾ ਜਾਨਵਰ ਚੰਗਾ ਅੱਗੇ ਨਸੀਬ ਦੀ ਗੱਲ ਹੈ ਜੇ ਆ ਜਿਹੜੇ ਵੱਧ ਰਹੇ ਨੇ ਅੱਲਾਹ ਅੱਲਾਹ ਦੇ ਹੁਕਮ ਨਾਲ ਭਾਈ ਮਨਜ਼ੂਰ ਮੈਂ ਤੈਨੂੰ ਪਾਣਾ ਦਿੱਤੇ ਦੋ ਦੋ ਗਿੱਟੂ ਮਾਈ ਬਾਹਰ ਨਾ ਵਧਿੱਤ ਜੋ ਮਰਜ਼ੀ ਕਰ ਲੈ ਠੀਕ ਹੋ ਗਿਆ ਠੀਕ ਹੈ ਦੋਸਤੋ ਤਿੰਨੇ ਜਾਨਵਰ ਦਿਖਾਏ ਨੇ ਮਨਜ਼ੂਰ ਸੁਵਾਂਦਾ ਜਿਹੜੇ ਦੋਸਤ ਭਾਈ ਨੂੰ ਪਸੰਦ ਆਉਂਦੇ ਨੇ ਪਸੰਦ ਕਰਕੇ ਖਰੀਦ ਸਕਦਾ ਅਗਲੀ ਵੀਡੀਓ ਤੱਕ ਦੇ ਹੋਏ ਇਜਾਜ਼ਤ ਅੱਲਾਹ ਹਾਫਿਜ਼।